बिस्मिल्लाहिर्रहमानिर्रहीम जी, अस्सलाम वालेकुम। कैसे हैं आप सब? उम्मीद है कि सब बहुत बेहतर तरीके से होंगे जी। ब्लॉग का आगाज़ करें, ज़रूर देखिएगा, लाइक शेयर सब्सक्राइब जरूर कीजिएगा। तो हम उम्मीद है कि अच्छे अच्छे प्यारे प्यारे से ब्लॉग हमारे बनेंगे, तो हमारे घर मेहमान भी आएंगे। तो माशाल्लाह बहुत ज़्यादा जो है ना वो हम काम कर रहे हैं, जल्दी जल्दी से अपना काम कम्प्लीट कर रहे हैं, अपना गार्डन तैयार कर रहे हैं। ज़रूर लाइक शेयर सब्सक्राइब जरूर करें। अच्छा जी, मैं लगी हाँ जैस रूम की सफाई करन। रोज़ाना एक ही रूम की बंदा डेली नहीं कर सकता है सफाई, तो किसी दिन किसी की वारी, किसी दिन किसी रूम की वारी। आ डस्ट चेक करो, मास्क लाया होया, ठीक है ना, मास्क ना वो कट्टा चढ़दा, इन्नी डस्ट उड़दी पई है बाहर, जिहड़ी गार्डन तैयार करदे पए आ, ठीक है ना। जिन्ना चिकर उत्थे घाह नहीं लगता, जिन्ना चिकर उत्थे फुल नहीं लगते, उन्ना चिकर डस्ट मिट्टी उन्हें जान नहीं छड़नी हैगी। हाँ जी, मैं तो मैं अपना एक ब्लॉग भी अच्छा जब बना ला, जिन्नियां तो दिया बुक्स पई आ, जेड़ी आई चीज पई आ ना, आ देखो जाली दिख लगे। आ देखो ਭਾਈ ਨੇ ਇੱਕ ਦਵਾਈ ਭੇਜੀ ਆ, ਉਹ ਕਰਦੇ ਆ, ਉਹਦੀ ਸਪਰੇ ਕਹਿੰਦਾ ਸੀ ਕਰਵਾ ਦੇ। ਬਹੁਤ ਜ਼ਿਆਦਾ ਕੀੜੀਆਂ ਆ, ਸੋ ਕੇ ਆਲਾ ਟੀਡੀਆਂ, ਉਹ ਮੇਰਾ ਦਾ ਸਭ ਫੋਨ ਆਇਆ ਸੀ, ਉਹਨੇ ਕਿਹਾ ਪਤਾ ਨਹੀਂ ਬਾਜੀ ਕੀ ਆ, ਤੁਸੀਂ ਤਾਂ ਕਹਿੰਦੇ ਹੋ ਸਾਡੇ ਘਰ 'ਚ ਬੱਚੇ ਆ, ਖਾ ਪੀ ਕੇ ਸ਼ਾਇਦ ਚਾਦਰਾਂ ਵਗੈਰਾ ਨੂੰ ਜੋ ਕੋ ਹੱਥ ਲਾ ਦਿੰਦੇ ਤਾਂ ਕੀੜੀਆਂ ਆਉਂਦੀਆਂ। ਉਹਨਾਂ ਨੇ ਕਿਹਾ ਬੈੱਡ 'ਤੇ ਬਹਿੰਦੇ ਤਾਂ ਉੱਥੇ ਕੀੜੀਆਂ ਖਾਂਦੀਆਂ, ਇੱਥੇ ਕਿਚਨ ਦੀ ਸਲੀਪ 'ਚ ਚੀਜ਼ ਰੱਖ ਕੇ ਪਰਾਂ ਨਹੀਂ ਜਾਂਦੇ, ਜਦੋਂ ਆਉਂਦੀਆਂ 100 ਕੀੜੀ ਲੱਗੀ ਹੁੰਦੀ ਆ। ਕਹਿੰਦੀ ਵੀ ਇੰਨੇ ਤੰਗ ਆ ਨਾ, ਮੈਂ ਕਿਹਾ ਵੀ ਸਾਨੂੰ ਭਾਈ ਨੇ ਦੱਸਿਆ ਤਾਂ ਹੈ ਵਾ ਲੈ ਕੇ, ਉਹ ਕਹਿੰਦੀ ਵੀ ਕੀੜੀਆਂ ਮਾਰਨੀਆਂ ਨਹੀਂ ਚਾਹੀਦੀਆਂ। ਮੈਂ ਕਿਹਾ ਫਿਰ ਖਾਦ ਨਹੀਂ ਮਾਰਨੀ ਚਾਹੀਦੀ ਤਾਂ ਫਿਰ ਖਾਈ ਜਾਣ ਦੋ। ਕਹਿੰਦੀ ਵੀ ਕੀੜੀਆਂ ਮਾਰਨੀਆਂ ਵੀ ਨਹੀਂ ਚਾਹੀਦੀਆਂ, ਕੀ ਬੰਦਾ ਕਰੇ ਨੁਕਸਾਨ, ਕੀੜੀਆਂ ਨਾਲ ਪਤਾ ਕਿੱਦਾਂ ਮਾਰੇ। ਮੈਂ ਕਿਹਾ ਕੀੜੀਆਂ ਨਹੀਂ ਪਤਾ, ਕਿਤੇ ਬਾਹਰ ਆਪਣਾ ਘਰ ਬਣਾਈਏ, ਸਾਨੂੰ ਤਾਂ ਨਾ ਖਾਣ। ਹਜ਼ਾਰਾਂ ਦੀ ਤਾਦਾਦ ਨਾਲ ਕੀੜੀਆਂ ਤੁਰੀਆਂ ਫਿਰਦੀਆਂ ਘਰ। ਅੱਛਾ ਜੀ, ਮੈਂ ਹੁਣ ਇਹ ਲੱਗੀਆਂ ਕਰਨ ਬੁੜੀ ਬੰਦਾ ਦੇਖੋ ਤਾਂ ਕਿੱਦਾਂ ਵਾ, ਇੰਨਾ ਕੰਮ ਆ ਦਿਖਣਾ ਵੀ ਹੱਟ ਜਾਂਦਾ, ਮੈਂ ਕੀ ਕਰਾਂ। ਅਤੇ ਅੱਛਾ ਜੀ, ਇਹ ਮੈਂ ਸਾਰਾ ਸਾਫ ਕਰਦੀ, ਅਦਨ ਦੇ ਸਾਰੇ ਦੇ ਬੋਕਸ ਭਰੇ ਹੋਏ ਕਿਤਾਬਾਂ ਦੇ, ਚੱਕ ਕੇ ਨਾ ਅਸੀਂ ਉਸ ਰੂਮ ਮਾਚ ਰੱਖ ਦੇਖ ਲਓ, ਅਦਨ ਦੇ ਕੰਮ ਦੇਖ ਲਓ, ਅਦਨ ਨੇ ਲਕੋਏ ਹੋਏ ਆਪਣਾ ਵੀ ਨਾ ਨਜ਼ਰ ਨਾਲ ਵੀ ਮੈਂ ਕੀਤੀ ਇੱਕ ਪੇਟੀ ਜੀ ਭਰ ਕੇ, ਇਹ ਵੀ ਇੱਥੋਂ ਕੱਢ ਦੀਆਂ, ਚਾਦਰ ਸੈੱਟ ਕਰ ਦੀਆਂ, ਅਤੇ ਇੱਧਰੋਂ ਪਹਿਲੇ ਡਸਟਿੰਗ ਸਾਰੀ ਮੁਕਾ ਲਾ ਫਿਰ ਚਾਦਰਾਂ ਸੈੱਟ ਕਰਕੇ ਪਾਉਂਦੀ ਹਾਂ। ਅਤੇ ਜਾਲਿਆਂ ਵਾਲਾ ਇੱਕ ਅੱਛਾ ਜਿਹਾ ਬੁਰਸ਼ ਲਿਆਉਣਾ ਵਾ, ਜਾਲੇ ਤਾਂ ਅਲਮਾਰੀਆਂ ਨਹੀਂ ਲੱਗਣ ਦੇ, ਮੈਂ ਤਾਂ ਪਹਿਲੇ ਤੋਂ ਪਰ ਦੇਖੀ ਆ, ਜਾਲੇ ਨਹੀਂ ਜਿਹੜੇ ਇਹਨਾਂ ਨੂੰ ਛੱਡਦੇ ਹੈਗੇ। ਬਸ ਮੈਂ ਤਾਂ ਜਿਹੜਾ ਨਾ ਆਹੀ ਰੂਮ ਲੈ ਲੈਣਾ ਸਰਦੀਆਂ ਨੂੰ ਆਪਣਾ, ਇੱਥੇ ਆਪਣੇ ਪੁਰਾਣੇ ਸਮਾਨ 'ਚ, ਠੀਕ ਹੈ ਨਾ, ਅਤੇ ਯਾਦਾਂ ਆਪਣੀਆਂ ਪੁਰਾਣੀਆਂ। ਹਾਂ ਉਹ ਸਹੀ ਆ, ਆ ਵੀ ਅਤੇ ਉਹ ਵੀ ਅਤੇ ਉਹ ਵੀ। ਹਾਂਜੀ, ਨਹੀਂ ਚਾਚੂ ਹੁਣ ਵਾਲਾ ਪਿਆਰ ਹੋਵੇ, ਬਾਕੀ ਤਿੰਨੇ ਡਰੈਸਿੰਗ ਉੱਥੇ ਜਿਹੜੇ ਨੇ ਹਰ ਕਮਰੇ 'ਚ ਅਸੀਂ ਉਹ ਜਿਹੜੇ ਉੱਧਰ ਨਵੇਂ ਮਕਾਨ ਬਣਾਏ ਆ ਨਾ ਪੱਲੀ ਸਾਈਡ 'ਤੇ, ਉੱਧਰ ਅਸੀਂ ਡਰੈਸਿੰਗ ਸਾਰਾ ਸਮਾਨ ਅਸੀਂ ਉੱਥੇ ਸ਼ਿਫਟਿੰਗ ਜਿਹੜੀ ਆ ਨਾ ਮੇਰਾ ਨੁਕਸਾਨ ਕੀ, ਮੇਰਾ ਜ਼ਿੰਦਗੀ 'ਚ ਇੱਕ ਸੈੱਟ ਸੀ ਭਾਂਡਿਆਂ ਦਾ, ਹਾਂ ਉਹ ਵੀ ਟੁੱਟ ਗਿਆ, ਤੇ ਉਹ ਵੀ ਮੈਂ ਤੇ ਆ ਹੁਣ ਦੇਖਿਆ ਆ ਕਰਨ ਲੱਗੀ ਨੇ। ਓਏ ਹੋਏ ਹੋਏ, ਇਹ ਕਿਨੇ ਸਾਨੂੰ ਕੀ ਪਤਾ,
ਹੈਲੋ ਗੂੰਦ ਜੀ, ਗੂੰਦ ਜੀ ਚਾਰ ਪੁਰਾਣੇ ਜੇ ਕੋ ਪੁੱਛੂ ਕਰ ਰੋਟੀ ਰੱਖਾਂਗੇ ਤਾਂ ਗਿਆ ਭਾਈ ਕੀ ਉਹਨੂੰ ਕਹਾਂਗੇ ਭਾਈ ਇਹ ਨਵਾਂ ਫੈਸ਼ਨ ਆਇਆ ਤੇ ਥੋੜੀ ਥੋੜੀ ਭਾਫ ਨਿਕਲਦੀ ਰਹੇ ਨਹੀਂ ਤੇ ਖਾਣਾ ਜੁੜ ਜਾ। ਨਹੀਂ ਇਹਨੂੰ ਲਾਣੇ ਐਲਫੀ ਲਾਣੇ ਆ, ਜੁੜ ਜਾਣਾ ਪਲਾਸਟਿਕ ਜੁੜ ਜਾਂਦੀ ਆ। ਹਾਂ ਇਹ ਕਿਸੇ ਬੱਚੇ ਦਾ ਹੀ ਕੰਮ ਆ, ਇਸ ਤਰ੍ਹਾਂ ਕਰਕੇ ਅੱਗੇ ਟੱਕਰ ਗਿਆ ਸੀ ਉਹਨੇ ਮਾਰਿਆ ਵਿੱਚ ਤੇ ਵਿੱਚ ਨਹੀਂ ਮਾਰਿਆ, ਦਰਵਾਜ਼ਾ ਖੋਲਿਆ ਤੇ ਇਹ ਪੁੰਜੇ ਜਾ ਗਿਰੇ। ਇਹ ਟੁੱਟ ਗਿਆ। ਤਕਰੀਬਨ 15,000 ਦਾ ਤਾਂ ਹੁਣ ਆਉਂਦਾ ਹੀ ਹੈ, 16,000 ਦਾ ਸੈੱਟ ਨਾਰਮਲ ਜਿਹਾ ਹੁਣ ਤਾਂ 15-16 ਦਾ ਆਉਂਦਾ, ਬਾਕੀ ਤਾਂ 40-50,000 ਲੈ ਕੇ ਜਿੰਨੇ ਮਰਜ਼ੀ ਲੈ ਲਓ। ਆ ਇੱਕ ਮਿੰਟ ਇਧਰੋਂ ਮੇਰਾ ਮਰਜ਼ੀ ਬੈਡ ਸੀ ਸੈੱਟ ਕਰਾ, ਵੈਸੇ ਮੈਂ ਧੋੜੀਆਂ ਮਿਲਾ ਕੇ ਅੱਜ ਪਾ ਦਾਂ, ਅੱਜ ਮੈਂ ਉਹ ਬਾਹਰ ਬੜਾ ਖਲਾਰਾ ਪਾਇਆ, ਜਿਹੜੇ ਚੰਗੇ ਕੱਪੜੇ ਇੱਕ ਪਾਸੇ, ਜਿਹੜੇ ਮਾੜੇ ਇੱਕ ਪਾਸੇ, ਜਿਹੜੇ ਨਹੀਂ ਪਾਉਣੇ ਇੱਕ ਪਾਸੇ, ਉਹ ਮੈਂ ਸਾਰੇ ਅੱਜ ਨਾਲ ਸੈੱਟ ਕਰਦੀ ਪਈ ਹਾਂ। ਇੱਕ ਪਤਾ ਨਹੀਂ ਕਿਹਨੇ ਲਿਖਿਆ ਸੀ, ਉਹਨੇ ਕਿਹਾ ਜੀ ਸਮੈਰਾ ਨਾ ਕੰਮ ਬਹੁਤ ਜ਼ਿਆਦਾ ਕਰਦੀ ਹੈ, ਵੀ ਹੁਣ ਇੱਥੇ ਸਾਨੂੰ ਕੰਮ ਵਾਲੀ ਨਹੀਂ ਕੋਈ ਲੱਭਦੀ ਹੈਗੀ ਤੇ ਅਸੀਂ ਕੀ ਕਰੀਏ। ਹਾਂਜੀ ਮੈਂ ਰਿਪਲਾਈ ਕਰਦੀ ਆਪਣੇ ਘਰ ਦਾ ਕੰਮ ਕਰਨਾ ਕੋਈ, ਹਾਂਜੀ ਮਤਲਬ ਇਸ ਤਰ੍ਹਾਂ ਨਹੀਂ ਹੈ ਕਿ ਹਰ ਬੰਦਾ ਹੀ ਕਰਦਾ। ਲੇਕਿਨ ਸਾਡੇ ਕੋਲ ਥੋੜਾ ਜਿਹਾ ਜ਼ਿਆਦਾ ਵਾ, ਸਾਡਾ ਕੋਲ ਥੋੜਾ ਜਿਹਾ ਕੰਮ ਜ਼ਿਆਦਾ ਵਾ, ਤੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਲੱਗਦੀ ਜਿਸ ਤਰ੍ਹਾਂ ਉਹਨੂੰ ਪੁਰਾਣੀ ਹੁੰਦੀ ਆ, ਤੇ ਘਰ ਹੁਣ ਹਰ ਬੰਦਾ ਆਪਣੇ ਘਰ ਦਾ ਕੰਮ ਕਰਦਾ ਵਾ। ਹਾਂਜੀ ਕੋਈ ਗੱਲ ਨਹੀਂ, ਉਹਨਾਂ ਦੀ ਸੋਚ ਆਪਣੀ, ਉਹਨਾਂ ਦੀ ਸੋਚ ਆਪਣੀ। ਨਾਲੇ ਇੱਕ ਹੋਰ ਵੀ ਗੱਲ ਆ ਜਾਂਦੀ ਹੈ ਨਾ ਕਿ ਸਾਡੇ ਕੋਲ ਜਿਹੜਾ ਨਾ ਹੁਣ ਕਈਆਂ ਦੇ ਉਹ ਰੂਮ ਛੋਟੇ ਆ, ਕਮਰੇ ਛੋਟੇ ਆ, ਉਹ ਮਿੰਟ 'ਚ ਜਿਹੜਾ ਉਹ ਬੰਦ ਘਰ ਆ, ਸ਼ਹਿਰਾਂ 'ਚ ਡਸਟ ਨਹੀਂ ਆਉਂਦੀ ਹੈਗੀ। ਹਾਂਜੀ ਜਦੋਂ ਸਾਡਾ ਕੱਚਾ ਘਰ ਹੁੰਦਾ ਸੀਗਾ, ਅਸੀਂ 2007 'ਚ ਨਵਾਂ ਘਰ ਬਣਾ ਕੇ ਉੱਥੇ ਸ਼ਿਫਟ ਹੋਏ ਸੀ, ਛੋਟੇ ਛੋਟੇ ਜਿਹਾ ਹੁਣ ਅੱਧਰ ਮਾਰ ਆ, ਤੇ ਇੱਕ ਸਾਡੇ ਕੋਲ 4 ਗਾਟਰ ਦਾ ਰੂਮ ਹੁੰਦਾ, ਤੇ ਮੇਰੀ ਅੰਮੀ ਨੇ ਬਹੁਤ ਸੋਹਣਾ ਰੂਮ ਬਣਾਇਆ ਹੁੰਦਾ ਸੀ, ਕਿਉਂਕਿ ਲੋਕਾਂ ਨੇ ਤਾਂ ਕੱਚੇ ਵੀ ਹੁੰਦੇ ਸੀ, ਨਾ ਕੋਈ ਬਿੰਗੀ ਜੀ ਕਰਦੇ ਆ ਉਹਨੂੰ ਕਈ ਦਿਨ। ਮੇਰੀ ਅੰਮੀ ਨੇ ਇੰਨਾ ਖੂਬਸੂਰਤ ਮਤਲਬ ਮਕਾਨ ਸੀ, ਸਿੱਧੀਆਂ ਦੀਵਾਰਾਂ ਮਿੱਟੀ ਲਾਈ ਹੋਈ ਪੱਕਿਆਂ ਨੂੰ ਵੀ ਬੜਾ ਕਰਦੀ ਸੀਗੀ, ਤੇ ਆਪਣਾ ਅਸੀਂ ਉਸ ਰੂਮ 'ਚ ਸਾਡੀ ਅੰਮੀ ਦੀਆਂ ਪੇਟੀਆਂ, ਉਸ ਰੂਮ 'ਚ ਜਿਹੜੇ ਬੈੱਡ ਨਹੀਂ ਸੀ ਹੁੰਦੇ, ਪਲੰਗ ਹੁੰਦੇ ਸੀ, ਪਲੰਗ ਹੁੰਦੇ ਸੀ ਉਸੇ ਰੂਮ 'ਚ, ਉਸੇ ਰੂਮ 'ਚ ਅਸੀਂ ਸਾਰਿਆਂ ਨੇ ਪੈਣਾ, ਤੇ ਉੱਥੇ ਇੱਕ ਸਾਈਡ ਤੇ ਮਤਲਬ ਨਾ ਉਹ ਦੁੱਧ ਰਿੜਕਣ ਵਾਲਾ ਜਿਹੜਾ ਕੋਲ ਰੱਖ ਲੈਣਾ, ਉੱਥੇ ਸਵੇਰ ਨੂੰ ਰਿੜਕ ਲੈਣਾ, ਤੇ ਇੱਕ ਫਿਰ ਬਾਅਦ ਵਿੱਚ ਬਣਾਈ ਲਓ ਅੱਗ ਪਾਣੀ ਵਾਲਾ ਜਿਹੜਾ ਹੁੰਦਾ ਚੁੱਲ੍ਹਾ, ਯਾਨੀ ਕਿ ਛਪਰਾ ਜਿਹਾ, ਉਹਨੂੰ ਪਹਿਲੇ ਉਹਨੂੰ ਕਿਚਨ ਨਹੀਂ ਸੀ ਕਹਿੰਦੇ, ਉਹਨੂੰ ਕਹਿੰਦੇ ਸੀ ਰੋਟੀ ਹਾਂਡੀ ਵਾਲਾ ਛਪਰਾ, ਮੈਂ ਤੈਨੂੰ ਦੱਸਦਾ। ਹਾਂਜੀ ਏਦਾਂ ਹੀ ਕਹਿੰਦੇ ਆ। ਹਾਂਜੀ ਇੱਕ ਫਿਰ ਉਹਦੇ ਨਾਲ ਸਾਡੀ ਬੀਬੀ ਦਾ ਮਤਲਬ ਸਾਡੀ ਦਾਦੀ ਦਾ ਕਮਰਾ ਸੀ, ਉਹ ਵੀ ਵੱਡਾ 4 ਗਾਟਰ ਦਾ ਹੀ ਸੀਗਾ, ਉਦੋਂ ਵੀ ਵਕਤ ਗੁਜ਼ਰਦਾ ਸੀ, ਉਦੋਂ ਵੀ ਆਪਣਾ ਇੱਕ ਰੂਮ ਸਵੇਰੇ ਉੱਠਣਾ, ਦਵਾ ਦਾ ਮੰਜੇ ਬਿਸਤਰੇ ਇਕੱਠੇ ਕਰਕੇ ਇੱਕ ਮੰਜੀ ਤੇ, ਮੰਜੀਆਂ ਬਾਹਰ ਕੱਢਣੀਆਂ ਤੇ ਬੈੱਡ ਦੀ ਚਾਦਰ ਸੈੱਟ ਕਰ ਲਈ, ਪੇਟੀਆਂ ਤੇ ਐਂ ਕਰਕੇ ਝਾੜੂ ਮਾਰ ਕੇ ਵੇੜੇ 'ਚ ਤਾਂ ਕੰਮ ਜੀ ਇਹ ਬਿਲਕੁਲ ਸਾਫ਼ ਸੁਥਰਾ ਕਰਤਾ ਜਿੰਨਾ ਕਿ ਹੋਣਾ ਸੀਗਾ, ਅਤੇ ਇਹ ਦੇਖੋ ਇਸ ਸਾਈਡ 'ਤੇ ਵੀ ਸਾਰਾ ਸਾਫ਼ ਸੁਥਰਾ ਕਰਤਾ, ਸਿਰਫ ਵਿੰਡੋ ਦਾ ਰਕਸ ਪੈਂਦਾ ਵਾ। ਅਤੇ ਚਲੋ ਜੀ ਹੁਣ ਆਪਣਾ ਚਾਹ ਬਣਾ ਕੇ ਦਿੰਦੇ ਹਾਂ, ਮਜ਼ਦੂਰ ਭਾਈ ਲਾ ਕੇ ਹਵਾ, ਉਹਨਾਂ ਦਾ ਵੀ ਮੈਂ ਕਲਿੱਪ ਬਣਾਉਂਦੀ, ਅਤੇ ਮੈਂ ਝਾੜੂ ਲਗਾ ਤਾ, ਝਾੜੂ ਨਾਲ ਇਸ ਤਰ੍ਹਾਂ ਦੇ ਫਰਜ਼ ਸਾਫ਼ ਹੁੰਦਾ ਇਸ ਤੋਂ ਜ਼ਿਆਦਾ ਨਹੀਂ, ਅਤੇ ਬਾਕੀ ਹਲੇ ਮੇਰਾ ਸਾਰਾ ਝਾੜੂ ਲਗਾਉਣ ਵਾਲਾ ਰਹਿੰਦਾ ਵਾ, ਅਤੇ ਉਹ ਮੈਂ
ਮਜ਼ਦੂਰ ਨੂੰ ਚਾਹ ਦੇ ਕੇ ਬੈਕ ਸਾਈਡ 'ਤੇ ਸਾਰੀਆਂ ਚੱਲ ਪਈਆਂ ਚੱਕਣ ਵਾਲੀਆਂ ਨੇ, ਇਹ ਕੱਪੜੇ ਕੁਛ ਧੋ ਕੇ ਰੱਖੇ ਨੇ ਚੱਕਣੇ ਨੇ, ਇਹ ਚੱਲ ਪਈ ਵਿਹਲੀ ਕੀਤੀ ਆ ਦੇਖੋ, ਜਦੋਂ ਨਹੀਂ ਚਾਹੀਦੇ ਸਾਰੇ ਕੱਢ ਕੇ ਥੱਲੇ ਸਿੱਟੇ, ਇਹਨਾਂ ਨੂੰ ਚੁੱਕ ਕੇ ਨਾ ਕਿਸੇ ਨੂੰ ਦੇ ਦਿਆਂਗੇ। ਅਤੇ ਹੁਣ ਮੈਂ ਦਿਖਾਉਂਦੀ ਹਾਂ ਇਸ ਸਾਈਡ 'ਤੇ ਚੱਲਦੀ ਹਾਂ, ਇਸ ਸਾਈਡ 'ਤੇ ਗਾਰਡਨ ਦੀ ਕੱਲ੍ਹ ਤੋਂ ਸਫਾਈ ਸ਼ੁਰੂ ਕੀਤੀ ਹੋਈ ਆ ਅਤੇ ਪਾਣੀ ਵੀ ਲੱਗ ਰਿਹਾ ਵਾ ਨਾਲ ਨਾਲ, ਅਤੇ ਹਾਂਜੀ ਇਹ ਖਾਲੀਆਂ ਦੇ ਵਿੱਚ ਨਹੀਂ ਘਾਹ ਪੱਟਣਾ, ਇਹ ਵੀ ਪੱਟਣਾ। ਅੱਛਾ ਜੀ, ਇਹ ਸਾਰਾ ਬਿਲਕੁਲ ਨਾ ਬਰਾਬਰ ਕਰਕੇ ਉੱਤੇ ਪਾਣੀ ਪੂਣੀ ਛਿੜਕ ਦੇਵਾਂਗੇ ਅਤੇ ਇਸ ਸਾਈਡ 'ਤੇ ਹੁਣ ਸ਼ੁਰੂ ਆ। ਅੱਜ ਦੇਖੋ ਕਿੰਨਾ ਕੁ ਕੰਮ ਹੋ ਕੇ ਜਾਂਦਾ, ਇਹ ਖਾਲੀ ਸਿੱਧੀ ਲੈ ਜਾਓ ਅਤੇ ਇੰਝ ਮੁੜਿਓ ਫਿਰ ਇੰਝ ਇੰਝ ਕਰਕੇ, ਅਤੇ ਮੈਂ ਕਿਹਾ ਇਹ ਜਿਹੜੀ ਖਾਲੀਆਂ ਨੇ ਉਹਨਾਂ ਨੂੰ ਸਿੱਧੀ ਲਿਜਾ ਕੇ ਉਹ ਫਿਰ ਦਿਖਾ ਲਾਂਗੇ ਅਗਲੇ ਵਲੋਗ 'ਚ। ਹੁਣ ਮੈਂ ਚਾਹ ਬਣਾ ਲਾਂ, ਕਿਹੜਾ ਅੱਜ ਹੀ ਬਣਾਉਣਾ, ਮੁੜ ਕੇ ਆਪਾਂ ਵਲੋਗ ਨਹੀਂ ਬਣਾਉਣਾ ਹੈਗਾ, ਆਪਣੇ ਪਿੰਡ 'ਚ ਦੋ ਵਲੋਗ ਹੁੰਦੇ ਆ। ਜੈਨ ਕਿਆ ਕਹਿ ਰਹੇ ਹੋ, ਜੈਨ ਉਹਨੇ ਮੈਨੂੰ ਕਹਿੰਦਾ ਨਿੱਕਰ ਪਾ ਦੇ ਅਤੇ ਮੈਂ ਕਿਹਾ ਜਿਹੜੀ ਲਾਈ ਉਹੀ ਪਾ, ਕਹਿੰਦਾ ਨਹੀਂ ਮੈਂ ਪੈਂਟ ਪਾਉਣਾ, ਆਦੇ ਪਾ ਕੇ ਕਹਿੰਦਾ ਦੇਖ ਕਿੰਨੀ ਸੋਹਣੀ ਲੱਗਦੀ ਪਈ ਹੈ। ਜੈਨ ਪੈਂਟ ਕਿਵੇਂ ਲੱਗਦੀ ਪਈ ਆ ਹੈ, ਪੈਟਰੋਲ ਪਾਉਂਦਾ ਪਿਆ? ਆ ਜੀ ਗੱਡੀ 'ਚ ਪੈਟਰੋਲ ਪੈਂਦਾ ਪਿਆ ਵਾ, ਅਤੇ ਖੜਾ ਹੋ ਕੇ ਆਪਣੀ ਪੈਂਟ ਤਾਂ ਦਿਖਾ। ਅੱਛਾ ਜੀ, ਇਹਨਾਂ ਨਿੱਕਰ ਛੋਟੀ ਸੀ ਉਹਨੂੰ ਪਾਉਂਦਾ, ਪਾ ਕੇ ਕਹਿੰਦਾ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਹੈ। ਚਲੋ ਤੁਸੀਂ ਪੈਟਰੋਲ ਪਾ ਲਓ, ਮੈਂ ਚਾਹ ਬਣਾ ਕੇ ਲੈ ਕੇ ਆਈ। ਫਿਰ ਤੁਸੀਂ ਮੱਛਰਦਾਨੀ ਲਾ ਲੈਂਦੇ? ਭੁੱਖ ਚਾਹ ਦੀ ਹੁੰਦੀ ਹੈ ਕਿ ਪਿਆਸ ਹੁੰਦੀ? ਅੱਛਾ ਜੀ, ਬੇਟਾ ਮੇਰਾ ਨਾਲ ਨਾਲ ਸਾਡੇ ਕੰਮ ਕਰਦਾ ਪਿਆ, ਅਸੀਂ ਕੰਮ ਕਰਦੇ ਹਾਂ, ਅਸੀਂ ਇਹ ਜਗ੍ਹਾ ਜਿਹੜੀ ਹੈ ਨਾ ਇੱਥੇ ਡਸਟ ਬਹੁਤ ਉੱਡਦੀ ਆ, ਅਸੀਂ ਕਿਹਾ ਵੀ ਇੱਥੇ ਪਾਣੀ ਦਾ ਛਿੜਕਾਓ ਕਰ ਲਈਏ, ਅਤੇ ਜ਼ਿਆਨ ਜਿਹੜਾ ਨਾ ਛਿੜਕਾਓ ਕਰ ਕਰਕੇ ਸਾਨੂੰ ਦਿੰਦਾ। ਮੈਂ ਅਤੇ ਭਾਈ ਲੱਗੇ ਹੋਏ ਹਾਂ ਇਹ ਸਾਰੀ ਜਗ੍ਹਾ ਜਿਹੜੀ ਹੈ ਨਾ, ਦੇਖੋ ਅਸੀਂ ਇਹ ਸਾਰਾ ਨਾ ਸਫਾਈ ਕਰਦੇ ਪਏ ਹਾਂ, ਅਸੀਂ ਬਣਾਉਂਦੇ ਪਏ ਹਾਂ ਇਹ ਗਰਾਸਿੰਗ ਪਲਾਟ। ਹਾਂਜੀ ਜੀ, ਹੁਣ ਇੰਨੀ ਮਿਹਨਤ ਹੋ ਰਹੀ ਆ, ਦੂਸਰਾ ਦਿਨ ਅਮਰਾਨ ਇੱਧਰ ਲੱਗਿਆ ਨੇ। ਹਾਂਜੀ, ਤੇ ਹੁਣ ਬਿਲਕੁਲ ਖਾਲੀ ਦੀ ਅਸਲ ਸ਼ਕਲ ਵੀ ਨਿਕਲਦੀ ਆਉਂਦੀ ਆ। ਹਾਂਜੀ, ਇਹਦੇ ਤੇ ਫੌਰਨ ਪਿੱਛੋਂ ਨਾ ਜੋ ਵੀ ਸਾਫ ਹੁੰਦਾ ਸਪਰੇ ਮਾਰ, ਇਹ ਤੇ ਪਾਣੀ ਛਿੜਕ ਕੇ ਸਪਰੇ ਮਾਰਦੇ ਆ, ਜੜਾਂ ਜੜਾਂ ਖਤਮ ਹੋ ਜਾਂਦੀ। ਹਾਂਜੀ, ਨਹੀਂ ਤੇ ਚਾਰ ਨਹੀਂ 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 ਇਹ ਤੇ ਫੌਰਨ ਫੌਰਨ ਪਾਣੀ ਛਿੜਕ ਕੇ ਤੇ ਸਪਰੇ ਮਾਰਦੇ ਆ। ਹਾਂਜੀ, ਮੈਂ ਇੰਨੀ ਥੱਕੀ ਪਈ ਆ, ਮੈਂ ਜਿੰਨਾ ਕੱਪੜਿਆਂ ਦਾ ਖਲਾਰਾ ਹੋ ਚੁੱਕਿਆ ਸਾਰੇ, ਹੁਣ ਝਾੜੂ ਲਾ ਚੱਲੇ ਮੈਂ ਕੂੜਾ ਸਿੱਟ ਕੇ ਆਈ ਆ, ਤੇ ਆ ਇਧਰੋਂ ਪੱਟ ਰਹੇ ਆ ਨਾ ਤੇ ਸਾਰੀ ਮਿੱਟੀ ਫਰਸ਼ ਤੇ ਆ ਰਹੀ ਆ, ਇਹ ਸਾਰਾ ਕੰਮ ਮੁੱਕ ਜਾਏਗਾ ਫਿਰ ਫਰਸ਼ ਤੋਂ। ਹੁਣ ਮੇਰਾ ਕੋ ਕੰਬਲ ਚੱਕਣ ਵਾਲਾ ਮੈਂ ਚੁੱਕ ਲਵਾਂ ਤੇ ਆ ਜਾ ਜਾ ਤੇ ਜਿਹੜਾ ਕੰਮ ਮੈਂ ਕੀਤਾ। ਇਹਨੂੰ ਕਿਹਾ ਥੋੜਾ ਜਿਹਾ ਪਰੇ ਨੂੰ ਹੋ ਜਾ। ਗੱਡੀ ਦੀ ਹੈ ਰਹਿਣ ਦਿਓ, ਆਹ ਦੋਨੋਂ ਛਾਵਾਂ ਗੱਡੀ ਦੀਆਂ। ਹਾਂਜੀ, ਨਹੀਂ ਨਹੀਂ ਸਹੀ, ਬਹੁਤ ਅੱਛਾ ਕੀਤਾ ਤੁਸੀਂ। ਤੇ ਇਹ ਜੀ ਇਹ ਸਾਰੀ ਡਸਟ ਉੜ ਉੜ ਕੇ ਉੱਧਰੋਂ ਆਉਂਦੀ ਆ, ਜਿੰਨੀ ਡਸਟ ਆ ਸਾਰਾ ਫਰਸ਼ ਧੋਣ ਵਾਲਾ ਹੋ ਗਿਆ, ਸਾਰੀ ਮਿੱਟੀ ਦੀ ਡਸਟ ਉੜ ਉੜ ਕੇ ਆਉਂਦੀ ਆ। ਕਹਿੰਦੇ ਆ ਜੀ ਧੋਤੇ ਬਗੈਰ ਸਾਡੇ ਧੋਤੇ ਬਗੈਰ ਨਹੀਂ ਸਾਫਦਾ, ਮੈਂ ਸਾਰੇ ਸਵੇਰ ਦੀ ਲੱਗੀ ਹੋਈ ਆ, ਸਾਰੇ ਕੱਪੜੇ ਚੁੱਕ ਕੇ ਬੰਨ ਕੇ ਰੱਖ ਕੇ ਸਾਰੇ ਝਾੜੂ ਲਾਇਆ, ਲੱਗਦਾ ਲੱਗਿਆ ਹੋਇਆ ਝਾੜੂ।
ਉਹਵੇਂ ਫਰਸ਼ ਗੰਦਾ ਲੱਗਦਾ। ਹਾਂਜੀ ਓਏ ਹੋਏ ਹੋਏ ਆ ਗਿਆ ਬੱਚਾ, ਕਹਿੰਦਾ ਮੇਰੇ ਸਾਰੇ ਕੱਪੜੇ ਗਿੱਲੇ ਹੋ ਜਾਣੇ। ਅੱਛਾ ਇਹਦੀ ਚਾਦਰ ਚੁਦਰ ਸੈੱਟ ਕਰ ਦਿੱਤੀ? ਹਾਂਜੀ ਇੱਧਰ ਰੂਮ ਸੈੱਟ ਕਰ ਦਿੱਤਾ ਜੀ।